ਪੈਸਿਆਂ ਦੀ ਲੈਣ ਦੇਣ ਦੀ ਰੰਜਿਸ਼ ਰੱਖ ਕੇ ਐਸੇ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਪਿੰਡ ਦੇ ਰਸੂਖਦਾਰਾਂ ਨੇ ਕੀਤੀ ਪੰਨ ਤੋੜ ਅਤੇ ਘਰ ਵਿੱਚ ਮੌਜੂਦਾ ਔਰਤਾਂ ਨਾਲ ਤੱਕਾ ਮੁੱਕੀ ਵੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤੁੰਨ ਦੇ ਪੀੜਿਤ ਪਰਿਵਾਰ ਸ਼ਿੰਦੇ ਕੌਰ ਅਤੇ ਰਣਜੀਤ ਸਿੰਘ ਬਲਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਇਕੱਲੇ ਸਨ ਤਾਂ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀ ਉਹਨਾਂ ਦੇ ਘਰ ਵਿੱਚ ਸ਼ਰਾਬ ਨਾਲ ਰੱਜ ਕੇ ਆ ਗਏ ਅਤੇ ਕਹਿਣ ਲੱਗੇ ਕਿ ਅਸੀਂ ਤੁਹਾਡੇ ਲੜਕੇ ਤੋਂ 15,000 ਰੁਪਏ ਲੈਣੇ ਹੈ, ਜਾਂ ਤਾਂ ਪੈਸੇ ਦੇ ਦਿਓ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਹਨਾਂ ਦੇ ਘਰ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਤਰਨ ਤਾਰਨ ਤੋਂ ਗੁਰਮੀਤ ਸਿੰਘ ਵਲਟੋਹਾ ਦੀ ਰਿਪੋਰਟ, ਲਾਈਵ ਭਾਰਤ। ਕੀ ਨਾਮ ਭੈਣ ਜੀ ਤੁਹਾਡੇ? ਹਾਂ ਭਾਅ ਜੀ, ਮੇਰਾ ਨਾਮ ਸ਼ਿੰਦੋ ਆ। ਕੀ ਮਕਾ ਹੋਇਆ ਜਿਹੜਾ ਸਮਾਨ ਟੁੱਟਾ ਪਿਆ ਜੀ? ਸਾਰਾ ਆਉਂਦੇ ਜੀ ਤੁਹਾਡੇ ਨਿੱਕੇ ਕੋਲ ਪੈਸੇ ਲੈਣੇ, 1.5-2 ਸਾਲ ਪਹਿਲਾਂ ਦਾ 10,000 ਰੁਪਇਆ, ਅਤੇ ਕੋਈ ਦੱਸਿਆ ਨਹੀਂ, ਪੁੱਛਿਆ ਨਹੀਂ, ਧਿਆਨ ਕੇ ਬੂਹੇ ਨੂੰ ਧੱਕੇ ਮਾਰਦਾ ਪਿਆ। ਅਸੀਂ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਮੁੜ ਕੇ ਜ਼ਿਆਦਾ ਜਾਣੇ ਆ ਗਏ, ਕਾਫੀ ਜਾਣੇ, ਅਤੇ ਸਾਨੂੰ 9-7 ਨੂੰ ਧੱਕੇ ਧੁੱਕੇ ਵੀ ਮਾਰੇ ਆ, ਅਤੇ ਸਾਡਾ ਨੁਕਸਾਨ ਜੇ ਲੋਕ ਕਿੰਨਾ ਮਰ ਕੇ ਗਿਆ। ਕੋਈ ਇਸ ਸੰਬੰਧੀ ਦਰਖਾਸਤ ਦਿੱਤੀ ਜੇ? ਹਾਂ ਜੀ ਦਿੱਤੀ, ਅੱਗੇ ਵੀ ਦਿੱਤੀ, ਸਾਲ ਪਹਿਲਾਂ ਨੁਕਸਾਨ ਕੀਤਾ, ਅੱਗੇ ਵੀ ਸਾਡੀ ਸੁਣਵਾਈ ਨਹੀਂ ਹੋਈ, ਹੁਣ ਫਿਰ ਵੇਖ ਲਓ ਮੇਰਾ ਕਿੰਨਾ ਨੁਕਸਾਨ ਹੋਇਆ, ਹੁਣ ਮੇਰੀ ਹੱਕ ਰਸੀ ਨਹੀਂ ਸਕਦੀ। ਕੀ ਮੰਗ ਕਰਦੇ? ਮੰਗ ਸਾਡਾ ਜੋ ਨੁਕਸਾਨ ਹੋਇਆ ਸਾਡਾ ਪੂਰਾ ਕਰ ਦੇਣ, ਮੇਰੀ ਧੀ ਦੀ ਹੱਕ ਰਸੀ, ਮੇਰੀ ਧੀ ਮਿਹਨਤ ਕਰਦੀ। ਕੀ ਨਾਮ ਵੀਰ ਜੀ ਤੁਹਾਡਾ? ਰਣਜੀਤ ਸਿੰਘ। ਵੀਰ ਜੀ ਕੀ ਮਸਲਾ ਸਾਰਾ ਜੀ? ਇਹ ਸਰ ਮੇਰੇ ਤੋਂ ਛੋਟਾ ਭਰਾ ਮੇਰਾ ਯਾਨੀ ਕਿ ਸੁਰਜੀਤ ਸਿੰਘ, ਅਤੇ ਇਹ ਰਾਤ ਪੈਗ ਲਾ ਕੇ ਸ਼ਰਾਬ ਪੀ ਕੇ ਅਤੇ ਘਰ ਆਏ, ਯਾਨੀ ਕਿ ਘਰ ਮੇਰੀ ਮੰਮੀ ਅਤੇ ਮੇਰੀ ਵਾਈਫ ਦੋਨੇ ਘਰ ਹੀ, ਅਤੇ ਕਹਿੰਦੇ ਵੀ ਤੁਹਾਡੇ ਮੁੰਡੇ ਤੋਂ ਅਸੀਂ 10-15,000 ਰੁਪਈਆ ਲੈਣਾ, 1.5 ਸਾਲ ਹੋ ਗਿਆ। ਕਾਹਦਾ ਪੈਸੇ ਕਾਹਦੇ ਲੈਣੇ? ਸਰ ਇਹ ਨਹੀਂ ਦੱਸਿਆ, ਮਤਲਬ ਅਤੇ 3 ਸਾਲ ਬਾਅਦ ਮੇਰਾ ਭਰਾ ਜੇਲ੍ਹ ਦੇ ਵਿੱਚੋਂ ਆਇਆ, ਅਤੇ ਕਹਿੰਦੇ ਵੀ 1.5 ਸਾਲ ਹੋ ਗਿਆ ਦਿੱਤੇ ਨੂੰ, ਅਤੇ 3 ਸਾਲਾਂ ਬਾਅਦ ਤਾਂ ਮੇਰਾ ਭਰਾ ਯਾਨੀ ਕਿ ਘਰ ਆਇਆ, ਯਾਨੀ ਕਿ ਇਹਦੇ ਨਾਲ 1.5 ਸਾਲ ਦੀ ਗੱਲ ਕੀਤੀ, ਅਤੇ ਘਰ ਕੋਈ ਨਹੀਂ, ਯਾਨੀ ਕਿ ਨਾ ਮੈਂ ਹੀ ਘਰੇ, ਨਾ ਮੇਰਾ ਭਰਾ ਹੀ ਦੇ ਮੁੰਡੇ ਲੈ ਕੇ ਆਏ, ਅਤੇ ਨਾਲੇ ਘਰਦਿਆਂ ਨੂੰ ਮਾਤਾ ਦੇ ਧੱਕਾ ਮਾਰਿਆ, ਬਾਪੂ ਨੂੰ ਮਾਰਿਆ, ਮੇਰੀ ਘਰਦੀ ਨੂੰ, ਅਤੇ ਨਾਲੇ ਆਹ ਘਰ ਸਮਾਨ ਵੇਖ ਲਓ ਤੁਸੀਂ ਤੋੜ ਗਿਆ, 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਨੁਕਸਾਨ ਕੀਤਾ ਸਾਡਾ 2-2.5 ਲੱਖ ਦਾ, ਅਤੇ ਹੁਣ ਫਿਰ ਇਹਨਾਂ ਨੇ ਇੰਨਾ ਨੁਕਸਾਨ ਕਰ ਦਿੱਤਿਆ। ਸਾਰਾ ਸਮਾਨ ਉਹਨਾਂ ਨੇ ਤੋੜਿਆ? ਹਾਂਜੀ ਉਹਨਾਂ ਨੇ ਤੋੜਿਆ ਸਰ। ਹਾਂਜੀ ਕੋਈ ਦਰਖਾਸਤ ਦਿੱਤੀ? ਹਾਂਜੀ ਦਰਖਾਸਤ ਕਾਲੜੇ ਦਿੱਤੀ ਆ, ਪਿਛਲੀ ਵਾਰੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਕੀ ਮੰਗ ਕਰਦੇ ਜੀ? ਮੰਗ ਕਰਦੇ ਸਰ ਸਾਡਾ 2-3 ਲੱਖ ਦਾ ਪਹਿਲਾਂ ਨੁਕਸਾਨ ਹੋਇਆ, ਹੁਣ ਫਿਰ 2-2.5 ਲੱਖ ਦਾ ਹੋ ਗਿਆ ਨਾ, ਇਹ ਸਾਨੂੰ ਇਨਸਾਫ ਚਾਹੀਦਾ ਸਰ। ਕੀ ਨਾਮ ਹੈ ਜੀ ਤੁਹਾਡੇ? ਬੱਬਲਜੀਤ ਕੌਰ। ਇਹ ਕੀ ਮਸਲਾ ਜਿਹੜਾ ਸਮਾਨ ਟੁੱਟਾ ਪਿਆ ਜੀ? ਇਹ ਸਮਾਨ ਮੁੰਡੇ ਬਾਅਦ ਆ ਗਏ ਇਕੱਠੇ ਹੋ ਗਏ ਸਾਰੇ, ਇਹਨਾਂ ਨੇ ਪੈਸੇ ਲੈਣੇ ਸੀ ਦਿਓ ਮੇਰੇ ਤੋਂ, ਕਹਿੰਦੇ 10,000 ਰੁਪਇਆ ਲੈਣਾ ਵਾ, ਅਤੇ ਮੈਂ ਉਹਨਾਂ ਨੇ ਕਿਹਾ ਕਦੇ ਨਹੀਂ ਕੋਈ ਹੈਗਾ ਕਿ ਬਾਅਦ ਚੋਂ ਤੁਸੀਂ ਆ ਜਿਓ, ਪੈਸਿਆਂ ਦੀ ਜਿਹੜੀ ਗੱਲ ਹੈ ਅਤੇ ਸਾਰੇ ਕਦੇ ਨਹੀਂ ਕੋਈ ਹੱਥੋਂ ਪਾਈ ਹੋ ਗਏ, ਸਾਡੇ ਸ਼ਰਾਬ ਪੀਤੀ ਅਸੀਂ ਤਾਂ 9-7 ਕਦੇ ਹਾਂ ਇਕੱਲੀਆਂ, ਅਤੇ ਸਾਰਾ ਸਮਾਨ ਸਮੂਨ ਭੰਨ ਗਏ ਘਰ ਦਾ, ਪਹਿਲਾਂ ਵੀ ਉਹਨਾਂ ਨੇ ਸਾਡੇ ਨਾਲ ਇਹ ਗਿੱਲਾ ਕੀਤਾ, ਅੱਗੇ ਮੈਂ ਦੁਕਾਨ ਪਾਈ ਸੀ ਪਾਰਲਰ ਦੀ, ਸਾਰੀ ਇਹ ਤੋੜ ਤੂੜ ਗਏ, ਅੱਗੇ ਵੀ ਬੜਾ ਸਮਾਨ ਭੰਨ। ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਸਾਰੇ ਘਰ ਦਾ? ਪਹਿਲਾਂ ਵੀ ਸਾਡਾ 2 ਲੱਖ ਦਾ ਆਇਆ, ਹੁਣ ਫਿਰ ਸਾਡਾ ਜ਼ਿਆਦਾ ਹੀ ਹੋਇਆ ਵਾ। ਕੋਈ ਦਰਖਾਸਤ ਦਿੱਤੀ ਇਸ ਬਾਰੇ? ਦਰਖਾਸਤ ਪਹਿਲਾਂ ਦਿੱਤੀ, ਉਦੋਂ ਮੈਂ ਪ੍ਰੈਗਨੈਂਟ, ਉਦੋਂ ਵੀ ਨਹੀਂ ਸੁਣਵਾਈ ਹੋਈ ਮੈਂ ਕਿਹੜੀ ਹਾਲਤ 'ਚ, ਉਦੋਂ ਵੀ ਪੇਸ਼ ਹੋਈ ਹਾਂ ਡਿਊਟੀ ਸਾਹਿਬ 'ਤੇ, ਹੁਣ ਹਜੇ ਤੱਕ ਕੋਈ ਹੋਇਆ ਨਹੀਂ ਜੇ। ਕੀ ਮੰਗ ਕਰਦੇ? ਅਸੀਂ ਕਹਿੰਦੇ ਸਾਡੀ ਹੁਣ ਸੁਣਵਾਈ ਕਰੋ, ਸਾਨੂੰ ਇਨਸਾਫ ਚਾਹੀਦਾ ਵਾ ਕਿ ਇੰਨਾ ਕੁਝ ਸਾਡਾ ਨੁਕਸਾਨ ਹੋਇਆ ਵਾ। ਤੇ ਇੱਕ ਵੀਰ ਜੀ ਤੁਹਾਡੇ ਦੇ ਨਾਲ ਲਾਗੇ ਗਵਾਂਢ ਤੁਹਾਡੇ ਦੋਸ਼ ਲਾਏ ਕਿ ਇਹਨਾਂ ਸਾਡੇ ਰਾਤ ਸ਼ਰਾਬ ਪੀ ਕੇ ਸਾਡੇ ਘਰ 'ਚ ਆਇਆ ਅਤੇ ਕੁੱਟਮਾਰ ਕੀਤੀ ਆ ਅਤੇ ਘਰ ਦਾ ਸਾਰਾ ਸਮਾਨ ਸਮੂਨ ਸਾਰਾ ਕੁਝ ਤੋੜਿਆ ਜੀ, ਕੀ ਮਸਲਾ ਸਾਰਾ ਜੀ? ਉਹ ਭਾਈ ਜੀ ਇਹਨਾਂ ਦਾ ਕੋਈ ਪੁਰਾਣਾ ਹੀ ਮਸਲਾ, ਉਹਨਾਂ ਨਾਲ ਕੋਈ ਤੂੜੀਦਾੜੀ ਲਾਉਣ ਦਾ ਸੀ ਜਿੱਦਾਂ ਉਹਨਾਂ ਨੂੰ ਲੱਗੀਆਂ ਜਾਂ ਪਹਿਲਾਂ ਦੀ, ਉਹ ਮਤਲਬ ਕਿ ਇਹ ਗੱਲ ਕਰਨ ਗਏ ਉਹਨਾਂ ਨਾਲ, ਉਹ ਵੀ ਗਾੜੀ ਮੁੰਡੇ ਨੇ ਕਿਤੇ ਇਹਨਾਂ ਨੂੰ ਮਤਲਬ ਕਿ ਗੱਲ ਕਰਦਾ ਵੀ ਇੱਦਾਂ ਉਹਨੇ ਸਹੀ ਨਹੀਂ ਪਾ ਗਿਆ, ਉਹ ਫਿਰ ਉਹਨੇ ਕਿਤੇ ਗੱਲ ਕੱਢਦੀ ਆ, ਗੱਲ ਕੱਢਦੇ ਕੱਢਦੇ ਮੁੜ ਕੇ ਮਤਲਬ ਕਿ ਥੋੜ੍ਹਾ ਜਿਹਾ ਝਗੜਦੇ ਪਏ ਆਪਸ ਵਿੱਚ ਇੱਦਾਂ ਹੋ ਗਿਆ, ਫਿਰ ਇਹਨਾਂ ਕੀਤਾ ਕਿ ਉਹਨਾਂ ਦਾ ਆਟੇ ਉੱਟੇ ਵਾਲੀ ਡਰੰਮੀ ਉਹ ਫੜ ਕੇ ਸੁੱਟ ਕੇ ਬਾਹਰ ਸੁੱਟਤੀ, ਉਹ ਮਤਲਬ ਕਿ ਪਰਲੇ ਕਹਿੰਦੇ ਨਾਲਾ ਨਾਲੇ ਤੋਂ ਬਾਹਰ ਸੁੱਟਤੀ, ਅਤੇ ਗੱਲ ਇਹ ਨਹੀਂ ਵੀ ਇੱਕ ਬੰਨੇ ਦੋਵਾਂ ਬੰਨੇ ਹੋਇਆ ਕੱਲ੍ਹ, ਅਤੇ ਬਾਕੀ ਉਹਨਾਂ ਨਾਲ ਚਲੋ ਹੋ ਗਈ ਗੱਲ, ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਕੋਈ ਨੁਕਸਾਨ ਜਿੰਨਾ ਵੀ ਉਹ ਆਪਾਂ ਮਤਲਬ ਕਿ ਭਰਾਂਗੇ ਉਹਦਾ ਕੋਈ ਨਹੀਂ, ਇਹ ਨਹੀਂ ਵੀ ਚਲੋ ਮਹੱਤਵ ਬੰਦੇ ਦੇ ਆਪਾਂ ਕਹੀਏ ਵੀ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਪਹਿਲਾਂ ਕਰਦੇ। ਅਤੇ ਸਰ ਉਹ ਕਹਿੰਦੇ ਕਿ ਸਾਨੂੰ ਕਹਿੰਦੇ ਕਿ ਅਸੀਂ ਤੁਹਾਡੇ ਤੋਂ 10,000 ਰੁਪਈਆ ਲੈਣਾ, ਮੁੰਡਾ ਜੇਲ੍ਹ 'ਚ ਆ ਅਤੇ ਉਹ ਸਾਨੂੰ ਪੈਸੇ ਦਿਓ। ਨਹੀਂ ਨਹੀਂ ਉਹ ਨਹੀਂ, ਪੈਸਿਆਂ ਦੀ ਨਹੀਂ ਕੋਈ ਗੱਲ ਹੋਈ, ਗੱਲ ਤੂੜੀ ਦੀ ਸੀ ਅਤੇ ਉਹ ਪੈਸਿਆਂ ਦਾ ਤਾਂ ਕੋਈ ਮੈਨੂੰ ਜ਼ਿਆਦਾ ਮਸਲਾ ਹੀ ਕੋਈ ਨਹੀਂ, ਉਹ ਤੂੜੀ ਦਾ ਕੋਈ ਚੱਕਰ ਸੀ ਅਤੇ ਉਹ ਵੀ ਥੋੜ੍ਹਾ ਇਹਨਾਂ ਦੇ ਪੈਗ ਪੁੱਗ ਲੱਗਾ, ਅਤੇ ਉਹ ਗੱਲ ਕਰਦੇ ਹੋਣਗੇ ਉਦੋਂ ਰਾਤ, ਉਹ ਫਿਰ ਤੁਹਾਨੂੰ ਪਤਾ ਉਸ ਮਤਲਬ ਕਿ ਮਾਹੌਲ ਹੀ ਉੱਦਾਂ ਦਾ ਕੋਈ ਝਗੜਾ ਹੋ ਗਿਆ, ਉੱਦਾਂ ਕੋਈ ਗੱਲ ਨਹੀਂ ਇਹੋ ਜਿਹੀ ਵੀ ਮਤਲਬ ਕਿ ਕੋਈ ਵੱਖਰਾ। ਹਾਂਜੀ ਸਰ, ਅੱਜ ਤੁਸੀਂ ਮੌਕੇ 'ਤੇ ਪਹੁੰਚੇ ਜਿਹੜੀ ਆ ਘਰ ਦੀ ਟੁੱਟ ਭੱਜ ਹੋਈ ਆ ਅਤੇ ਪਰਿਵਾਰ ਦੇ ਨਾਲ ਵੀ ਜਿਹੜਾ ਹੱਥੋਂ ਪਾਈ ਹੋਇਆ, ਅਤੇ ਕੀ ਮਸਲਾ ਸਾਰਾ ਜੀ? ਇਹ ਕੋਈ ਹੁਣ ਵਿਹਲੇ ਜੀ ਆਏ ਹਾਂ, ਤਹਿਕੀਕਾਤ ਕਰਨ ਦੇ ਹਾਂ, ਅਤੇ ਜੋ ਵੀ ਇਹਨਾਂ ਦੀ ਬਣਦੀ ਕਾਰਵਾਈ ਇਹਨਾਂ ਦਾ ਪੂਰਾ ਇਨਸਾਫ ਦਿੱਤਾ ਜਾਊਗਾ, ਅਤੇ ਅਸੀਂ ਹੁਣ ਆ ਕੇ ਮੌਕਾ ਵੇਖਣ ਦੇ ਹਾਂ ਅਤੇ ਜਿਹੜੀ ਵੀ ਕੋਈ ਕਾਰਵਾਈ ਪੂਰੀ ਕਰਕੇ ਦੇ। ਸਰ ਤੁਸੀਂ ਮੌਕੇ 'ਤੇ ਆਏ, ਕੀ ਮਤਲਬ ਕਿ ਵੇਖਿਆ ਤੁਸੀਂ, ਨੁਕਸਾਨ ਹੋਇਆ ਕਿੰਨਾ ਕੁ? ਨੁਕਸਾਨ ਹੋਇਆ ਨੁਕਸਾਨ ਤਾਂ ਕਰ
ਸਾਨੂੰ SHO ਸਾਹਿਬ ਨੇ ਭੇਜਿਆ ਵਾ ਅਤੇ ਪੂਰਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ।